हाँ जी सत श्री अकाल ते नाले जिहड़ी तुहाडी हुण ड्यूटी बणदी आ चैनल नूं सबसक्राइब कर दो एदां उंगल मार के नाले ही बैल आईकोन बणिया होया घंटी जिही उहदे ते भी मार दो क्योंकि जदों कोई नवीं चीज़ असीं होर पाई तां तुहानूं नाल दी नाल नोटिफिकेशन आ जाऊ सो कर लो सबसक्राइब। मम्मी मेनू लै जाके मैं मैं सवेरे आऊंगी फिर हूं तो मैं आ नहीं सकती रात मुंडे नूं लैके मैं सवेरे लै जाऊं 12 बजे मैनूं फोन करता जी मार के टंग के कहिंदे जी कुड़ी मार गई पूजा जी। किन्नी देर पहला मैरिज होई सी? 3 महीने हो गए। ਕਿੱਥੇ ਸੌਰੇ ਕਿੱਥੇ ਕੁੜੀ ਦੇ? ਇਹਨਾਂ ਨੇ ਜੀ 10:30 ਵਜੇ ਫੋਨ ਕੀਤਾ ਜੀ ਵੀ ਮੈਨੂੰ ਲੈ ਜਾਓ ਮੈਨੂੰ ਕੁੱਟਦੇ ਮਾਰਦੇ ਨੇ ਜੀ। ਉਸ ਤੋਂ ਬਾਅਦ ਉਹ ਕੁੜੀ ਨੂੰ ਅਸੀਂ ਕਿਹਾ ਵੀ ਸਵੇਰੇ ਭੇਜੀ ਮੁੰਡਾ ਨਿਆਣਾ ਗਾ ਜੀ ਇਹਦਾ 15 ਸਾਲ ਦਾ ਮੁੰਡਾ ਜੀ ਮੇਰਾ ਭਾਣਜਾ ਜੀ ਵੀ ਸਵੇਰੇ ਭੇਜੀ ਰਾਹ 'ਚ ਭੀੜ ਆਉਂਦੇ ਨੇ ਕੋਈ 100 ਗੱਲਬਾਤ ਹੋ ਜਾਂਦੀ ਹੈ ਜੀ ਅੱਜ ਕੱਲ੍ਹ ਨਸ਼ੇੜੀ ਬਹੁਤ ਨੇ ਜੀ। ਉਸ ਤੋਂ ਬਾਅਦ ਸਰ ਜੀ 11:12:05 'ਤੇ ਫੋਨ ਗਿਆ ਜੀ ਸਾਡੇ ਕੋਲ ਕਹਿੰਦੇ ਕੁੜੀ ਪੂਰੀ ਹੋ ਗਈ ਜੀ ਵੀ ਕੁੜੀ ਨੇ ਆਪ ਗੱਲ ਫੜਾ ਲੈ ਲਿਆ ਜੀ। ਉਸ ਤੋਂ ਬਾਅਦ ਗੱਲ ਫੜਾ ਜੀ ਕੋਈ ਲਵੋਂ ਬੰਦੇ ਦੇ ਉੱਠ ਕੇ ਕਿਵੇਂ ਲੈ ਲੂਗਾ ਜੀ। ਕੁੜੀ ਦੀ ਸੱਸ ਦਾ ਹੱਥ ਹੈ ਜੀ ਵਿੱਚ ਕੁੜੀ ਦੇ ਪਤੀ ਦਾ ਹੱਥ ਹੈ ਜੀ ਵਿੱਚ। ਉਹਦੇ ਬਾਹਰ ਚੱਕਰ ਚੱਲਦਾ ਸੀ ਉਹਦੇ ਮਾਂ ਬਾਪਾ ਨੂੰ ਪਤਾ ਸਾਰਿਆਂ ਨੂੰ ਇਸ ਕਰਕੇ ਉਹਨਾਂ ਨੇ ਕਾਹਲੀ ਕੀਤੀ ਸੀ ਮੇਰੇ ਨਾਲ ਤੋਰਨ ਦੀ ਇਹਨਾਂ ਨੂੰ। ਇਹਦਾ 3ਰਾ ਮਹੀਨਾ ਲੱਗਿਆ 11:00 ਦੀ ਗੱਲ ਹੈ ਜਦੋਂ ਮੀਂਹ ਨੇਰੀ ਆਇਆ ਤੇਜ਼ ਆ ਪੂਰਾ ਇੱਕ ਪਾਸੇ ਉਹਦੀ ਕੁੜੀ ਗਲਤ ਸੀਗੀ ਦੂਸਰੇ ਬੰਦੇ ਨਾਲ ਚੱਕਰ ਚੱਲਦਾ ਤੇ ਉਹਦੀ ਮਾਂ ਸਾਨੂੰ ਪਹਿਲਾਂ ਦੱਸਦੀ ਵੀ ਸੇ ਮੇਰੀ ਧੀ ਤਾਂ ਇਹੀ ਜੀ ਹੈ ਜੀ ਤੁਸੀਂ ਸਾਂਭ ਲਓਗੇ ਤਾਂ ਲੈ ਜਾਓ ਨਹੀਂ ਭਾਈ ਮੇਰੀ ਮੇਰੇ ਘਰ ਰਹਿਣ ਦਿਓ। ਹੁਣ ਜਦੋਂ ਫੋਨ 'ਤੇ ਗੱਲ ਹੁੰਦੀ ਤੀ ਮੁੰਡਾ ਗੱਲ ਕਰਦਾ ਤੀ ਵੀ ਭਾਈ ਇਹਨੂੰ ਸੁਧਾਰ ਜਾ ਮੰਮੀ ਨਹੀਂ ਤਾਂ ਇਹਨੂੰ ਲੋਡ ਕਰ ਜਾ ਨਹੀਂ ਇਹਨੂੰ ਲੈ ਜਾ ਭਾਈ ਵੀ ਕਣਕਣ ਕਰਦੀ ਆ ਤਾਂ ਇਹਦੀ ਮਾਂ ਕਹਿ ਦਿੰਦੀ ਤੀ ਮੈਂ ਨਹੀਂ ਆਉਣਾ ਮਾਰੋ ਛੱਡੋ ਮੈਂ ਨਹੀਂ ਆਉਣਾ ਮਾਰੋ ਛੱਡੋ। ਅਸੀਂ ਰੋਟੀ ਰੋਟੀ ਖਾ ਕੇ ਪੈਣ ਲੱਗੇ ਦੋਨੇ ਮੀਆਂ ਵੀ ਲੜਦੇ ਪਏ ਸੀਗੇ ਪਹਿਲਾਂ ਆਹ ਕਮਰੇ 'ਚ ਪੈ ਗਏ ਦੋਵੇਂ ਵੀ ਬੋਲੀ ਗਈ ਮੇਰੀ ਭਾਈ ਦੀ ਘਰ ਵਾਲੀ ਭਾਈ ਮੇਰਾ ਉੱਠ ਕੇ ਨਾਲ ਦੇ ਕਮਰੇ 'ਚ ਪੈ ਗਿਆ ਇਹਨੇ ਕੁੰਡਾ ਲਾਇਆ ਅਸੀਂ ਨਾ ਸੁੱਤੇ ਪਏ ਹਾਂ ਬਾਹਰ ਲੈ ਲਿਆ ਸਾਡੀ ਜਾਂ ਗੱਡੀ ਖੜਕੀ ਬਾਹਰ ਮੈਂ ਅੰਦਰੋਂ ਭੱਜਿਆ ਬਾਹਰ ਨੂੰ ਆਇਆ ਵੀ ਗੱਡੀ ਕਿਤੇ ਛੇੜੀ ਆ ਤਾਂ ਮੈਂ ਬਾਹਰ ਨਿਕਲਿਆ ਗੱਡੀ ਟਾਕੀ ਖੋਲ੍ਹੀ ਮੈਂ ਆ ਕੇ ਮੈਂ ਭਾਈ ਨੂੰ ਠਾਲਿਆ ਮੈਂ ਕਿਹਾ ਤੂੰ ਗੱਡੀ ਟਾਕੀ ਲਾ ਕੇ ਖੋਲ੍ਹੀ ਪਈ ਆ ਅਤੇ ਭਾਈ ਨੂੰ ਠਾਲਿਆ ਉੱਠੀ ਨਹੀਂ ਅਸੀਂ ਜਾਂ ਕੁੰਡਾ ਖੋਲ੍ਹ ਲਿਆ ਮੇਰੀ ਘਰ ਨੇ ਕੁੰਡਾ ਖੋਲ੍ਹਿਆ ਦੀ ਭੈਣ ਨੇ ਦੇਖਿਆ ਅੰਦਰ ਪਾ ਲਿਆ ਸੀਗਾ ਅਸੀਂ ਜਦੇ ਕੰਬਲ ਲੱਤਾਂ ਦੀ ਕੰਬਲ ਲਾ ਕੇ ਥੱਲੇ ਲਾਈ ਚੱਕੀ ਅਸੀਂ ਹੋਸਪਿਟਲ ਲੈ ਗਏ ਸਰਕਾਰੀ 'ਚ ਉੱਥੇ ਜਾ ਕੇ ਦਾਖਲ ਕਰਾਈ ਉਹਨਾਂ ਨੂੰ ਕਿਹਾ ਵੀ ਦੇਖੋ ਕੀ ਹੈ ਉਹ ਕਹਿੰਦੇ ਵੀ ਇਹ 'ਚ ਤਾਂ ਕੁਛ ਹੈ ਨਹੀਂ ਵੀ ਤੁਸੀਂ ਸਰਕਾਰੀ 'ਚ ਲੈ ਜਾਓ ਪ੍ਰਾਈਵੇਟ 'ਚ ਲੈ ਜਾਓ ਅਸੀਂ ਪ੍ਰਾਈਵੇਟ 'ਚ ਜਾ ਕੇ ਉੱਥੇ ਜਾ ਕੇ ਚੈੱਕ ਕੀਤੀ ਕਿਸ਼ਨਾਲ ਨੇ ਵੀ ਤਾਂ ਕੁਛ ਹੀ ਨਹੀਂ ਘਰੇ ਲੈ ਜਾਓ ਅਸੀਂ ਘਰੇ ਲਿਆਂਦੀ ਸੀ 11 ਵਜੇ ਦਾ ਇਹਨੇ ਪਹਿਲੀ ਵਿਆਹ ਤੋਂ ਪਹਿਲਾਂ ਲੜਾਈ ਹੈ ਵਿਆਹ ਜਿਵੇਂ ਵਿਆਹ ਦੂਜੇ ਲੜਾਈ ਹੋਈ ਆ ਕੋਈ ਮੁੰਡਾ ਸੀਗਾ ਉਹਦੇ ਨਾਲ ਗੱਲਬਾਤ ਕਰਦੀ ਸੀ ਵਟਸਐਪ ਕਰਦੀ ਸੀ ਫੜੀ ਗਈ ਆ ਰਾਤ ਨੂੰ ਫੜ ਲਈ ਮੇਰੇ ਭਾਈ ਨੇ ਅਤੇ ਕੁੱਟੀ ਮਾਰੀ ਫਿਰ ਮੇਰੀ ਸੱਸ ਨੇ ਮੇਰੇ ਸਹੁਰੇ ਨੇ ਮੇਰੇ ਸਾਧੂ ਨੇ ਆਏ ਉਰੇ ਕਿ ਫੈਸਲਾ ਮੁਸਲਾ ਕੀਤਾ ਸਮਝਾਇਆ ਬੈਂਕ ਨੂੰ ਵੀ ਉਹਨੂੰ ਕਿਹਾ ਵੀ ਚੱਲ ਕੋਈ ਨਹੀਂ ਹੁਣ ਗਲਤੀ ਹੋ ਗਈ ਗਾਂ ਤੋਂ ਨਹੀਂ ਕਰਦੀ ਗਲਤੀ ਚੱਲ ਮੈਂ ਵੀ ਕਿਹਾ ਕੋਈ ਗੱਲ ਨਹੀਂ ਇਹ ਜਾਣੀ ਹਟੀ ਨਹੀਂ ਜੀ ਇਹ ਕੱਲ੍ਹ ਵੀ ਦਿਨੇ ਕਹੀ ਮੇਰੇ ਘਰ ਨੂੰ ਉਹਦੀ ਭੈਣ ਨੂੰ ਮੈਂ ਤਾਂ ਬਾਹਰ ਲੈ ਲੈਣਾ ਮੈਂ ਮਰ ਜਾਣਾ ਇਹ ਰਾਤ ਇਹ ਕੰਮ ਕਰਤਾ ਸਾਡੇ ਕੋਲ ਉਹਨੇ ਉਹਦੀ ਮਾਂ ਨੇ ਬਿਆਨ ਲਿਖਾਇਆ ਜਿਸ ਤਰ੍ਹਾਂ ਉਹਦੀ ਮਾਂ ਨੇ ਬਿਆਨ ਲਿਖਾਇਆ ਉਹਦੇ ਅਕੋਰਡਿੰਗ ਅਸੀਂ ਐਸ ਪਰ ਲਾ ਕਾਰਵਾਈ ਕਰਤੀ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ ਪਰਚਾ ਹੋ ਗਿਆ ਜੀ ਹਾਂਜੀ ਪਰਚਾ ਹੋ ਗਿਆ ਕਿਹੜੀ ਤਰ੍ਹਾਂ 304B 'ਚ ਜੀ ਜੋ ਬਿਆਨ ਦੇ ਅਕੋਰਡਿੰਗ ਜੋ ਬਣਦੀ ਸੀ ਅਰੈਸਟ ਹੋਈ ਹੈ ਨਹੀਂ ਹਜੇ ਨਹੀਂ ਹੋਈ ਇਸ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼।